ਸਾਡੇ ਮਾਮਾ ਜੀ ਸੀ ਸਾਡੇ, ਉਹਨਾਂ ਨੇ ਸਾਨੂੰ ਕੰਮ ਸਿਖਾਇਆ ਸੀ, ਉਹਨਾਂ ਨੇ ਬ੍ਰਦਰ ਨੂੰ ਸਿਖਾਇਆ ਅਤੇ ਬ੍ਰਦਰ ਨੇ ਮੈਨੂੰ ਅੱਗੇ ਸਿਖਾਇਆ। ਹਾਂਜੀ, ਕਿੱਦਾਂ ਲੱਗਦਾ ਜੋ ਲੋਕ ਇੰਨਾ ਪਸੰਦ ਕਰਦੇ ਨੇ ਖਾਣਾ? ਖਾਣਾ ਤਾਂ ਫਿਰ ਜੀ ਜਦੋਂ ਆਉਂਦੇ ਆ ਦੂਰੋਂ ਕਰਦੇ ਆ, ਤਾਰੀਫ ਹੁੰਦੀ ਆ, ਫਿਰ ਮਨ ਨੂੰ ਅੱਛਾ ਲੱਗਦਾ ਵੀ ਅਸੀਂ ਵਧੀਆ ਚੀਜ਼ ਬਣਾਉਂਦੇ ਹਾਂ, ਕੋਈ ਖਾਂਦੇ ਆ। ਜਿਵੇਂ ਨਾਨ ਤਾਂ ਹੋਰ ਵੀ ਥਾਂ 'ਤੇ ਬਣਦੇ, ਲੇਕਿਨ ਇੱਥੋਂ ਦੇ ਨਾਨ, ਇੱਥੋਂ ਦੀ ਦਾਲ ਲੋਕ ਪਸੰਦ? ਇਹ ਤਾਂ ਜੀ ਅਸੀਂ ਅੰਮ੍ਰਿਤਸਰੀਆਂ ਹੀ ਹਾਂ ਅਤੇ ਅੰਮ੍ਰਿਤਸਰ ਦਾ ਸਵਾਦ ਇੱਥੇ ਲਿਆਂਦਾ ਹੋਇਆ ਹੈ ਅਤੇ ਲੋਕ ਵਾਗੇ ਕਹਿੰਦੇ ਵੀ ਸਾਨੂੰ ਸਵਾਦ ਇੱਥੇ ਮਿਲਦਾ ਹੈ। ਇਹ ਦਾਲ ਮੱਖਣੀ ਹੁੰਦੀ ਹੈ ਬਣਾਉਂਦੇ ਜੀ, ਇਹਨੂੰ 3-4 ਘੰਟੇ ਲੱਗਦੇ ਗੜਨ ਨੂੰ, ਫਿਰ ਜਾ ਕੇ ਸਵਾਦ ਬਣਦੀ ਹੈ। ਇਹ ਬੜੀ ਬੜੀ ਦੂਰੀਆਂ ਦੂਰੋਂ ਦੂਰੋਂ ਆਉਂਦੀ ਖਾਣ ਤੋਂ। ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਅਤੇ ਮੈਂ ਤਮੰਨਾ ਬੇਦੀ। ਤਾਂ ਜੇਕਰ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੀ ਜਗ੍ਹਾ ਜਿੱਥੇ ਕਿ ਜੋ 15 ਸਾਲਾਂ ਤੋਂ ਜਿਹੜਾ ਖਾਣੇ ਦਾ ਜ਼ਾਇਕਾ ਹੈ ਉਹ ਸੇਮ ਟੂ ਸੇਮ ਹੈ। ਲੋਕ ਜਿਹੜੇ ਨੇ ਇਹਨਾਂ ਦੇ ਖਾਣੇ ਦੇ ਫੈਨ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸੁੰਦਰ ਨਗਰ ਦੇ ਵਿੱਚ ਮੌਜੂਦ ਅੰਮ੍ਰਿਤਸਰੀ ਲੱਖਾਂ ਨਾਨ ਵਾਲਾ ਸ਼ੌਪ ਦੀ, ਇੱਥੇ ਗੱਲ ਕਰ ਰਹੀ ਹਾਂ ਜੋ ਕਿ ਬਹੁਤ ਹੀ ਫੇਮਸ ਹੈ ਆਪਣੇ ਖਾਣੇ ਦੇ ਲਈ। ਗੱਲਬਾਤ ਕਰ ਲੈਂਦੇ ਹਾਂ, ਲੱਖਾ ਜੀ ਮੌਜੂਦ ਨੇ ਸਾਡੇ ਨਾਲ, ਉਹਨਾਂ ਦੇ ਬ੍ਰਦਰ ਸਾਹਿਬ ਵੀ ਮੌਜੂਦ ਨੇ। ਸਰ, 15 ਸਾਲਾਂ ਤੋਂ ਤੁਸੀਂ ਜਿਵੇਂ ਕਰ ਰਹੇ ਹੋ, ਅਤੇ ਕੀ ਰੈਸਪੀ, ਕੀ ਸੀਕਰੇਟ, ਕੀ ਹੈ ਸਜ਼ਾਈ? ਜੇਕਰ ਅਸੀਂ ਬਹੁਤ ਵਧੀਆ, ਸਾਡੇ ਬਹੁਤ ਦੂਰ ਤੋਂ ਦੂਰ ਆਉਂਦੇ ਬੰਦੇ ਲੋਕ ਸਾਡੇ ਕੋਲ, ਕਿਉਂਕਿ ਸਾਨੂੰ ਹੁਣ ਸਾਡੀ ਇੱਕ ਪਹਿਲਾਂ ਵੀਡੀਓ ਫੇਮਸ ਹੋਈ, ਸਾਨੂੰ ਹੁਣ ਬਾਹਰ ਤੋਂ ਵੀ ਫੋਨ ਆਉਣਾ ਸ਼ੁਰੂ ਹੋ ਗਏ ਹੈ ਵੀ ਸਾਡਾ ਕਿੱਥੇ ਐਡਰੈਸ ਖੋਜਦੇ ਸਾਨੂੰ ਕਿੱਥੇ ਕਿੱਥੇ ਹੈਗਾ ਜੀ। ਸਾਡੀ ਦਾਲ ਬਹੁਤ ਮਸ਼ਹੂਰ ਚੱਲਦੀ ਵੀ ਇੱਥੇ ਜੀ। ਹਾਂਜੀ, ਦਾਲ ਜੀ ਅਸੀਂ ਸਵੇਰੇ 4 ਵਜੇ ਰੱਖਦੇ ਹਾਂ ਜੀ, ਸਾਡੇ ਘਰ 4 ਵਜੇ ਰੱਖ ਦਿੰਦੇ ਆ ਕੇ ਅਸੀਂ ਜੀ। ਉਹ 4 ਵਜੇ ਲੈ ਕੇ 10 ਵਜੇ ਤੱਕ ਉਹਨੇ ਦੂਰ 'ਤੇ ਗੜਕੀ ਜਾਣਾ, ਗੜਕੀ ਜਾਣਾ, ਗੜੇ ਗੜਕ ਕੇ ਉਹ ਦਾਲ ਨੂੰ ਐਂ ਲਾਲੀ ਬਣ 'ਚ ਆ ਜਾਂਦੀ ਹੈ ਜੀ, ਔਰ ਬਹੁਤ ਟੇਸਟ ਬਣਦਾ ਜੀ ਜਿਸਦਾ ਹਰ ਚੀਜ਼ ਦਾ। ਪਸੰਦ ਕਰ ਰਹੇ ਹੋ ਟੇਸਟ, ਹੋਰ ਕੀ ਜਿਹੜਾ ਮੈਨਿਊ ਦੇ ਵਿੱਚ ਖਾਸ? ਸਾਡਾ ਭੜਥਾ ਜੀ ਬਹੁਤ ਟੇਸਟੀ ਇੱਥੇ ਦਾ ਜੀ, ਭੜਥਾ ਤਾਂ ਬਹੁਤ ਸਪੈਸ਼ਲ ਖਾਣ ਆਉਂਦੇ ਸੀ ਜੀ ਜ਼ਿਆਦਾਤਰ ਉਹ ਲੋਕ ਜਿਹੜੇ। ਹਾਂਜੀ ਹਾਂਜੀ। ਕਿੰਨੇ ਵਜੇ ਸ਼ੋਪ ਜਿਹੜੀ ਤੁਹਾਡੀ? 9 ਵਜੇ ਸਾਡੀ ਸਟਾਰਟਿੰਗ ਹੋ ਜਾਂਦੀ ਹੈ ਜੀ। ਹਾਂ, 6 ਵਜੇ ਸਾਡੀ ਓਪਨ, 4 ਵਜੇ ਦਾਲ ਰੱਖ ਕੇ ਸਾਡੀ ਓਪਨਿੰਗ ਸਾਰੀ 9 ਵਜੇ ਸਟਾਰਟ ਹੋ ਜਾਂਦੀ ਪੂਰੀ ਸਾਡੀ। ਹਾਂ, ਕੀ ਕਹਿਣਾ ਚਾਹੁੰਦੇ ਹੋ ਸਰ, ਇੰਨਾ ਪਿਆਰ ਮਿਲ ਰਿਹਾ ਲੋਕਾਂ ਨੂੰ, ਇੰਨਾ ਖਾਣਾ ਪਸੰਦ ਆ? ਹਾਂਜੀ ਹਾਂਜੀ, ਇਹ ਤਾਂ ਮੇਰੇ ਬ੍ਰਦਰ ਦੀ ਮਿਹਨਤ ਹੈ ਜੀ, ਅਤੇ ਉਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ, ਅਤੇ ਬਸ ਅੱਗੇ ਰੱਖਾਂਗੇ, ਕਾਮਯਾਬ ਕਰਦੇ ਹਾਂ ਅਤੇ ਲੋਕ ਪਸੰਦ ਕਰਦੇ ਪੂਰਾ। ਅਤੇ ਬਾਕੀ ਸਾਡੇ ਮਾਮਾ ਜੀ ਸੀ ਸਾਡੇ, ਉਹਨਾਂ ਨੇ ਸਾਨੂੰ ਕੰਮ ਸਿਖਾਇਆ ਸੀ, ਉਹਨਾਂ ਨੇ ਬ੍ਰਦਰ ਨੂੰ ਸਿਖਾਇਆ ਅਤੇ ਬ੍ਰਦਰ ਨੇ ਮੈਨੂੰ ਅੱਗੇ ਸਿਖਾਇਆ, ਅਤੇ ਮੈਂ ਅੱਗੇ ਲੈ ਕੇ ਚੱਲ ਰਿਹਾ ਹੁਣ, ਮਿਹਨਤ ਕਰ ਰਹੇ ਹਾਂ। ਅਸੀਂ ਫੈਮਲੀ ਦੇ ਮੈਂਬਰ ਆ 5-6, ਉਹੀ ਕਰਦੇ ਹਾਂ ਸਾਰੇ ਘਰ ਦੇ। ਹਾਂਜੀ, ਕਿੱਦਾਂ ਲੱਗਦਾ ਜੋ ਲੋਕ ਇੰਨਾ ਪਸੰਦ ਕਰਦੇ ਨੇ ਖਾਣਾ? ਖਾਣਾ ਤਾਂ ਫਿਰ ਜੀ ਜਦੋਂ ਆਉਂਦੇ ਆ ਦੂਰੋਂ ਕਰਦੇ ਆ, ਤਾਰੀਫ ਹੁੰਦੀ ਆ, ਫਿਰ ਮਨ ਨੂੰ ਅੱਛਾ ਲੱਗਦਾ ਵੀ ਅਸੀਂ ਵਧੀਆ ਚੀਜ਼ ਬਣਾਉਂਦੇ ਹਾਂ, ਕੋਈ ਖਾਂਦੇ ਆ, ਅਤੇ ਫਿਰ ਦਿਲ ਨੂੰ ਖੁਸ਼ੀ ਮਿਲਦੀ ਹੈ। ਕੀ ਸੀਕਰੇਟ ਕੀ ਰਹਿੰਦਾ ਰੈਸਪੀ ਦਾ? ਜਿਵੇਂ ਨਾਨ ਤਾਂ ਹੋਰ ਵੀ ਥਾਂ 'ਤੇ ਬਣਦੇ, ਲੇਕਿਨ ਇੱਥੋਂ ਦੇ ਨਾਨ, ਇੱਥੋਂ ਦੀ ਦਾਲ ਲੋਕ ਪਸੰਦ? ਇਹ ਤਾਂ ਜੀ ਅਸੀਂ ਅੰਮ੍ਰਿਤਸਰੀਆਂ ਹੀ ਹਾਂ ਅਤੇ ਅੰਮ੍ਰਿਤਸਰ ਦਾ ਸਵਾਦ ਇੱਥੇ ਲਿਆਂਦਾ ਹੋਇਆ ਹੈ, ਅਤੇ ਲੋਕ ਵਾਗੇ ਕਹਿੰਦੇ ਵੀ ਸਾਨੂੰ ਸਵਾਦ ਇੱਥੇ ਮਿਲਦਾ ਹੈ। ਹਾਂ, ਲੱਛਾ ਪਰੌਂਠਾ ਲੈ ਲਓ, ਬਟਰ ਨਾਨ ਲੈ ਲਓ, ਚਪਾਤੀ ਲੈ ਲਓ, ਜੋ ਮਰਜ਼ੀ ਖਾ ਲਓ, ਹਰ ਸਬਜ਼ੀ ਤੁਹਾਨੂੰ ਟੇਸਟ ਮਿਲੇਗਾ। ਇਹ ਦਾਲ ਮੱਖਣੀ ਹੁੰਦੀ ਹੈ ਬਣਾਉਂਦੇ ਜੀ, ਇਹਨੂੰ 3-4 ਘੰਟੇ ਲੱਗਦੇ ਗੜਨ ਨੂੰ, ਫਿਰ ਜਾ ਕੇ ਸਵਾਦ ਬਣਦੀ ਹੈ। ਹਾਂ, ਬਸ ਜੀ ਸਵਾਦ ਪਾਇਆ ਹੋਇਆ ਹੱਥਾਂ ਦਾ ਦੱਸੀ ਦੇ। ਹਾਂਜੀ ਹਾਂਜੀ। ਅਤੇ ਹੋਰ ਕਿਹੜੇ ਕਿਹੜੇ ਆਈਟਮਸ? ਹਾਂ ਜੀ, ਕੜੀ ਹੈਗੀ ਦੇਖੋ ਜੀ, ਸਭ ਤੋਂ ਜ਼ਿਆਦਾ ਡਿਮਾਂਡ ਜੀ ਦਾਲ ਦੀ ਹੁੰਦੀ ਹੈ, ਪੜਥੇ ਦੀ ਹੁੰਦੀ ਹੈ ਜ਼ਿਆਦਾ, ਇਹ ਜ਼ਿਆਦਾ ਪਸੰਦ ਕਰਦੇ ਲੋਕ। ਹਾਂ, ਜਿਹੜਾ ਕਿ 15 ਸਾਲਾਂ ਤੋਂ ਅੱਜ ਵੀ ਉਹੀ ਬਣੇ ਹੋਏ, ਅਤੇ ਤੁਸੀਂ ਦੱਸਿਆ ਨਹੀਂ ਕਿ ਸੀਕਰੇਟ ਇਨਗਰੀਡੀਅੰਟ? ਸੀਕਰੇਟ ਬਸ ਜੀ ਇੱਦਾਂ ਹੀ ਹੈ ਜੀ, ਬਣਾਈ ਜਾਈਦਾ, ਖਵਾਈ ਜਾਈਦਾ ਜੀ। ਹਾਂਜੀ, ਇਹ ਰਾਜਮਾਹ ਜੀ ਸਾਡੇ ਵਧੀਆ। ਅਤੇ ਕੀ ਟਾਈਮਿੰਗ ਰਹਿੰਦੀ ਹੈ, ਕਿੰਨੇ ਵਜੇ ਤੱਕ ਜਿਹੜਾ ਕਿ ਓਪਨ? ਟਾਈਮਿੰਗ ਜੀ 9 ਵਜੇ ਸਟਾਰਟ ਹੋ ਜਾਂਦਾ, ਅਤੇ ਹੁਣ 10 ਵਜੇ ਤੱਕ ਕਰੀ ਜੀ, ਪਹਿਲਾਂ ਸ਼ਾਮ ਤੱਕ ਕਰਦੇ ਸੀ, ਹੁਣ 10 ਵਜੇ ਤੱਕ ਹੈ ਜੀ ਕੰਮ ਹੈ। ਹਾਂਜੀ, ਸਵੇਰੇ 9 ਵਜੇ ਤੋਂ ਲੱਗ ਕੇ ਰਾਤ ਦੇ 10 ਵਜੇ ਤੱਕ ਤੁਹਾਨੂੰ ਖਾਣਾ ਵਧੀਆ ਮਿਲੇਗਾ। ਪਿਛਲੇ 15 ਸਾਲਾਂ ਤੋਂ ਜਿਹੜਾ ਕੀ ਹੈ ਉਹੀ ਜ਼ਾਇਕਾ ਜਿਹੜਾ ਮੇਨਟੇਨ ਹੈ, ਲੋਕ ਜਿਹੜੇ ਨੇ ਇੱਥੇ ਆਉਂਦੇ ਨੇ, ਪਸੰਦ ਕਰਦੇ ਨੇ ਹਰ ਤਰ੍ਹਾਂ ਦੀ ਆਈਟਮ, ਜਿਵੇਂ ਕਿ ਮਸ਼ਹੂਰ ਹੈ ਜੀ। ਇਹ ਬੜੀ ਬੜੀ ਦੂਰੀਆਂ ਦੂਰੋਂ ਦੂਰੋਂ ਆਉਂਦੀ ਖਾਣ ਤੋਂ। ਬਿਲਕੁਲ, ਕੁਲਚੇ ਹੋਣ, ਨਾਨ ਹੋਣ, ਦਾਲ ਹੋਵੇ, ਬਹੁਤ ਹੀ ਫੇਮਸ ਇੱਥੇ ਹੈ, ਬਹੁਤ ਹੀ ਰੀਜ਼ਨੇਬਲ ਰੇਟਸ 'ਤੇ, 15 ਸਾਲਾਂ ਤੋਂ ਜੋ ਜ਼ਾਇਕਾ ਹੈ ਉਹ ਵੀ ਬਿਲਕੁਲ ਸੇਮ ਹੈ। ਦੱਸ ਦਿਓ, ਲੁਧਿਆਣਾ ਦੇ ਸੁੰਦਰ ਨਗਰ ਦੇ ਵਿੱਚ ਸ਼ੋਪ ਜਿਹੜੀ ਕਿ ਅੰਮ੍ਰਿਤਸਰੀ ਲੱਖਾਂ ਨਾਨ ਵਾਲੇ ਜਿਹੜੇ ਕਿ ਇੱਥੇ ਹੈਗੇ ਨੇ, ਅਤੇ ਤੁਸੀਂ ਵੀ ਇੱਥੇ ਆ ਸਕਦੇ ਹੋ, ਟੇਸਟ ਜਿਹੜਾ ਕਿ ਇੱਥੋਂ ਦਾ ਖਾਣੇ ਦਾ ਜ਼ਰੂਰ ਕਰਕੇ ਜਾਓ। ਕੈਮਰਾਮੈਨ ਨੀਲਕਮਲ ਮੋਨੂ ਨਾਲ ਤਮੰਨਾ ਬੇਦੀ, ਸਮਾਂ ਨਿਊਜ਼ ਲੁਧਿਆਣਾ।